ਅੱਛਾ ਵੀ ਘਰ ਤੋਂ ਵਾਪਸ ਸ਼ਹਿਰ ਜਾ ਰਹੇ ਸੀ ਲੇਕਿਨ ਫਿਆਲ ਵੀ ਆਪਣਾ ਮੋਬਾਈਲ ਫੋਨ ਘਰ ਭੁੱਲਿਆ ਸੀ ਉਹਨੇ ਤਕਰੀਬਨ 2 ਏਕੜ ਦੂਰ ਆਏ ਹਾਂ ਕਿਉਂਕਿ 2-2.5 ਏਕੜ 3 ਏਕੜ ਹੀ ਬਣ ਗਏ ਸਮਝ ਲਓ ਕਿ 2 ਏਕੜ ਸਾਹਮਣੇ ਅਤੇ 1 ਏਕੜ 3 ਏਕੜ ਦੂਰ ਆਏ ਤਾਂ ਫਿਆਲ ਤੁਹਾਨੂੰ ਯਾਦ ਆ ਕਿ ਮੇਰਾ ਫੋਨ ਘਰ ਰਹਿ ਗਿਆ ਮੈਂ ਕਿਸੇ ਬਾਈਕ ਲੈ ਜਾਓ ਪਾਰਕ ਚੱਕ ਲਿਆ ਮੈਂ ਉੱਥੇ ਤੱਕ ਫਿਰ ਚੱਲਦਾ ਹਾਂ ਅਤੇ ਸੋਲਰ ਚਲਾਇਆ ਅੱਜ ਦਿਨ ਵੀ ਝਾੜੀ ਆ ਇਤਨੀ ਖਾਸ ਧੁੱਪ ਕੋਈ ਨਹੀਂ ਹੈਗੀ ਅਤੇ ਖਾਸ ਪੀਚਾ ਨਹੀਂ ਹੋ ਰਿਹਾ ਅੱਜ ਅੱਛਾ ਵੀ ਫਿਆਲ ਵੀ ਰੂਮ ਦੀ ਸੈਟਿੰਗ ਕਰਨ ਲੱਗੇ ਹਾਂ ਜਿਵੇਂ ਪਿੱਛੇ ਸਫਾਈ ਲੱਗੀ ਹੋਈ ਆਪਣੇ ਪਿੱਛੇ ਸਾਡੇ ਨਾਲ ਆ ਅਤੇ ਇਸ ਤਰ੍ਹਾਂ ਮਿਲ ਕੇ ਮੈਂ ਔਰ ਫਿਆਜ਼ ਬਈ ਅਸੀਂ ਕਮਰੇ ਸੈਟਿੰਗ ਕਰਨੀ ਉਸ ਤੋਂ ਬਾਅਦ ਫਿਰ ਅਮੋਇਸ ਸ਼ਹਿਰ ਆ ਗਿਆ ਮੇਰਾ ਤਿਆਰੀ ਕਰਾ ਕੇ ਜਾਓ ਆਪਣੇ ਕਮਰੇ ਚ ਜਾਓ ਸ਼ਾਬਾਸ਼ ਸ਼ਾਬਾਸ਼ ਬੜਾ ਜੀਵਾ ਬੇਟਾ ਮੇਰਾ ਤਿਆਰੀ ਕਰੇ ਸੋਨਾ ਬਾਬੂ ਬੱਚਾ ਬਣ ਗਿਆ ਬਾਬੂ ਬੱਚਾ ਬਈ ਆਏ ਨਹੀਂ ਅੱਛਾ ਅੱਛਾ ਵੀ ਸਾਰਾ ਸਮਾਨ ਕਮਰੇ 'ਚ ਬਾਹਰ ਨਿਕਾਲ ਲਿਆ ਜਿਤਨਾ ਸਮਾਨ ਵੀ ਸੀ ਕਮਰਾ ਸਾਰਾ ਵਿਹਲਾ ਕੀਤਾ ਆ ਭਾਈ ਬੇਟੀਆਂ ਨੇ ਝਾੜੂ ਲਗਾਤਾ ਆ ਅਤੇ ਫਿਆਲ ਭਾਈ ਨੇ ਪੋਚੀ ਲਗਾਈ ਆ ਰੂਮ ਦੀ ਸਫਾਈ ਕਰਕੇ ਰੂਮ ਚੱਕੋ ਚੱਕ ਕਰ ਦਿੱਤਾ ਆ ਜ਼ਬਰਦਸਤ ਹੋ ਗਿਆ ਤੂੰ ਇਸ ਤੋਂ ਬਾਅਦ ਅਗਲਾ ਜਿਹੜਾ ਵੀ ਕੰਮ ਹੋਇਆ ਕਿ ਭੈਣ ਮੇਰੇ ਸ਼ੇਅਰ ਕਰਨਾ ਚਲੋ ਰੂਮ ਦੀ ਇਸ ਮਾਨ ਸਫਾਈ ਹੋ ਕੇ ਰੂਮ ਚੱਕਾ ਚੱਕ ਹੋ ਗਿਆ ਹਾਂ ਲਓ ਜੀ ਬਾਰ ਬਾਰ ਸ਼ਾਵਾ ਸ਼ਾਵਾ ਮੈਂ ਪਹੁੰਚਿਓ ਪਹੁੰਚ ਵੀ ਨਹੀਂ ਪਹੁੰਚ ਵੀ ਚਾਹੀਦਾ ਆਪ ਵੀ ਬਚੀ ਮਿਲਦੀ ਰਾਣੀ ਤੂੰ ਤਾਂ ਹੁਣ ਤਾਂ ਡੇ ਜਾਣਾ ਸੀ ਮੈਂ ਘੁੰਮੀ ਆ ਸਕੂਨ ਸਕੂਨ ਸਾਨੂੰ ਆ ਗਿਆ ਨਾ ਲੋੜ ਹੀ ਤਾਂ ਨਹੀਂ ਬਾਹਰ ਉਹ ਨਾ ਉਹ ਦੇਖ ਲਓ ਗੋਲਿਓ ਦੇਖ ਲਾ ਇਸ ਤਰ੍ਹਾਂ ਨਹੀਂ ਕਰੀਦਾ ਫਿਰ ਬਸ ਮੈਨੂੰ ਬੇਟਾ ਨਾ ਕੁਛ ਲੱਗ ਗਈ ਬੱਚਾ ਹੋ ਗਈ ਸਫਾਈ ਰੂਮ ਦੀ ਹੁਣ ਇਹ ਕੰਮ ਨਹੀਂ ਕਰਨਾ ਸਫਾਈ ਹੋਣੀ 'ਚ ਹੋ ਗਈ ਆ ਬਸ ਉਹ ਨਾ ਇਸ ਤਰ੍ਹਾਂ ਕਰੋ ਹਮਲਾ ਹੀ ਭਾਵ ਬੱਚਾ ਚੁਣਿਆ ਕੁੱਟਣਾ ਫਿਰ ਬੱਚਾ ਨੂੰ ਤੰਗ ਕਰਦੇ ਮੈਂ ਤੁਹਾਨੂੰ ਮਾਰ ਪਾਈ ਨਹੀਂ ਬੇਟਾ ਦੇਖ ਲਿਓ ਫਿਰ ਹਾਂ ਸੋਨਾ ਕਮਰਾ ਹੋ ਗਿਆ ਹਾਂ ਜੀ ਟੋਰੀ ਹੋਇਆ ਕਮਰਾ ਟੋਰੀ ਹੋ ਗਿਆ ਠੀਕ ਹੈ ਨਾ ਕੀ ਕਰਨਾ ਹੁਣ ਨਾ ਨਾ ਗੁਬਾਰੇ ਨਹੀਂ ਛੇੜਨੇ ਚਾਹੁੰਦੇ ਫਿਰ ਤੁਹਾਨੂੰ ਕੁੱਟਣਾ ਵੀ ਤੁਹਾਨੂੰ ਉਹ ਛੇੜੇ ਤਾਂ ਫਿਰ ਮਾਰ ਪੈ ਜਾਏਗੀ ਨਾ ਲਾਜ਼ਮੀ ਮਾਰ ਖਾਣੀ ਆ ਹਿਮਲਾ ਬੇਟਾ ਨਾ ਦੇਖ ਲਓ ਨਾ ਫਿਰ ਪਹਿਲਾਂ ਇਸ ਤਰ੍ਹਾਂ ਨਹੀਂ ਕਰੀਦਾ ਮਨ ਚਾਹੀਦਾ ਚਾਚੂ ਉਹਨਾਂ ਨੇ ਕਰਨਾ ਅੱਛਾ ਬੀ ਮੈਂ ਔਰ ਫਿਆਜ਼ ਦੇ ਕੇਕ ਲੈ ਕੇ ਆਇਆ ਸੀ ਜਿਹੜੇ ਫਿਆਜ਼ ਵੀ ਲੈ ਕੇ ਆਇਆ ਸੀ ਲੇਕਿਨ ਫਿਆਜ਼ ਦੇ ਬੜਾ ਕੇਕ ਕਹਿੰਦਾ ਸੀ ਮੈਂ ਕਿਹਾ ਸੀਖ ਲੈਣਾ ਫਿਆਜ਼ ਵੀ ਕਹਿੰਦੇ ਸੀ ਨਹੀਂ 2 ਲੈਣਾ 2 ਮੈਂ ਕਿਹਾ ਫਿਰ ਨਹੀਂ ਅਸਾਂ 2 ਬੜਾ ਲੈਣਾ ਫਿਰ ਮੈਂ ਕਿਹਾ ਬੜਾ ਲੈਣਾ ਛੋਟੇ 2 ਲੈਣੇ ਆ ਫਿਆਜ਼ ਦੇ ਫੁੱਲ ਬਚੇ ਕਿ ਨਹੀਂ ਮਾਸ਼ਾਅੱਲਾ ਬਚੇ ਦੇਖ ਲਾ ਮੈਂ ਬੜੀ ਮਿਹਨਤ ਲੈ ਕੇ ਮੈਂ ਕਿਹਾ ਫੁੱਲ ਮੇਰੇ ਖਰਾਬ ਨਾ ਹੋਣ ਮੈਂ ਇਤਨੀ ਮਿਹਨਤ ਕੀਤੀ ਮੇਰੇ ਫੁੱਲ ਖਰਾਬ ਨਾ ਹੋਣ ਮਾਸ਼ਾਅੱਲਾ ਵੀ ਮਾਸ਼ਾਅੱਲਾ ਇਸ ਤਰ੍ਹਾਂ ਉੱਪਰ ਪੈਰਾਂ ਦਾ ਕੁਝ ਨਹੀਂ ਹੁੰਦਾ ਫਿਰ ਮੈਂ ਕਹਿੰਦਾ ਜੇ ਇਸ ਤਰ੍ਹਾਂ ਰੱਖ ਦੇ ਪਿਘਲ ਨਾ ਹਾਂ ਅਤੇ ਆਪਣਾ ਜਿਹੜਾ ਕੰਮ ਕਰਨਾ ਡਾਕਟਰ ਮੁਕੰਮਲ ਕਰ ਲਈ ਫਿਰ ਬਾਹਰ ਨਿਕਾਲਾਂਗੇ ਇਹਦੇ ਨਾਲ ਲਗਾ ਨਾ ਇਹਦੇ ਡੱਬੇ ਦੋਨੋਂ ਮੇਰੇ ਬਰਾਬਰ ਰੱਖ ਫਿਰ ਬੰਦ ਹੋਣਾ ਹਾਂ ਇਸ ਤਰ੍ਹਾਂ ਹੁਣ ਤੁਸੀਂ ਉਤਾਰਨ ਲੱਗੇ अम्मी ले के तागे छोटे रख फट जाने चाबियां कर लो खुले भी नहीं ते ओ होंदे गैस वाले गुब्बारे और छत ने कुछ लग जाने सन ਇੱਥੇ ਮੇਰੇ ਕੋਲ ਨਹੀਂ ਹੈ ਜਿਹੜੀ ਲੱਗਣੀ ਲੱਗਣੀ ਸੀ ਉਹ ਦੂਸਰੀ ਚੀਜ਼ ਇਹ ਹੁੰਦੀ ਹੈ ਨਾ ਉਹਦੀ ਉਹ 10 ਮਿੰਟ ਦੀ ਤੱਕ ਦੇ ਦੇ ਭਾਈ ਉਹਨੇ ਵੀ ਲੈ ਕੇ ਆਏ ਸੀ ਗੁਰਜੀਆਂ ਵਾਲੀ ਉਹ ਮਤਲਬ ਦੂਮਾ ਦਾ ਕੋਟ ਉਪੜਾ ਲਾਈ ਜਾਂ ਉਪੜਾ ਅੱਛਾ ਜੀ ਅੱਲਾ ਤਾਲਾ ਬੇਟੀਆਂ ਦੇਵੇ ਫਿਰ ਕਰਾਂਗੇ ਭਾਈ ਆਵਾਸ ਵਾਲੇ ਇਨਸ਼ਾਅੱਲਾ ਤੰਨਾ ਹੈ ਕਾਫੀ ਮੈਂ ਕਹਿੰਦੇ ਸੀ ਕਿ ਪਤਾ ਕੋਲਾ ਕਰਦਾ ਨਾ ਬਈ ਕੀ ਕਿਉਂ ਚੈੱਕ ਕਰ ਰਿਹਾ ਕਹਿ ਰਹੇ ਸੀ ਕਿ ਭਾਬੀ ਆ ਸੀ ਤੇ ਕਮਰਾ ਕਿਉਂ ਸੇ ਜਾ ਰਹੇ ਆ ਤੁਸੀਂ ਲੱਗ ਰਿਹਾ ਸਹਿਮੀ ਆ ਹੁਣ ਦੋ ਅੱਗੇ ਕਰ ਲਿਆ ਸਭ ਕੁਛ ਕਰੀ ਦਿੱਤਾ
मोई साहब यहाँ पे आके बैठे हैं। भाई फयाज ने बोला कि चुप करके बैठ जाओ। जी बच्चे आ गए हैं, इन्होंने ना दरवाजा खटखटा खटखटा। भाई फयाज की इन्होंने किया तंग। कल भी भाई फयाज ये नहीं सने, मैं तो मीन किया अच्छा जी, दोनों बहने तैयार शहर हो के आई है। अच्छा जी, एक बार फट गया तो। दो फटे ने सलोशन टेप लगा दियो ना। गुब्बारा जो ना कट दे बस रहन दे उधर। ਲੰਬੀ ਕੱਟੀ ਕੱਟੀ ਛੋੜੀ ਤਾਂ ਨਹੀਂ ਕੱਟਣੀ, ਲੰਬੀ ਕੱਟੀ ਦੀ ਲੰਬੀ ਕੱਟੀ ਦੀ ਇੱਕ ਹੋਰ ਕੱਟ ਲਵਾਂਗੇ ਲੰਬੀ ਉੱਤੇ। ਬਸ ਇੱਕ ਹੀ ਦੋ ਅਬਸਰ ਕਰ ਲਿਆ, ਇੱਕ ਹੋਰ ਨਾ ਕਰ ਲਿਆ। अच्छा भी असी अपने रूम की भाई फयाज के रूम की सैटिंग में भाई फयाज ने कंप्लीट की थी है। तो भाई फयाज काफ़ी थक गए से, मैं थका है थका, लेकिन मैं काम कर दादी मैं बर्दाश्त हो जाता है। अबू जी भी कुर्सी से बैठे, मैं वही थकी पई समझ लो उसकी ट्रैफिक से, वो भी अपनी कुर्सी तेज पत्ती चाय पियो, नींद थोड़ी खत्म हो जाएगी। अमित जी भी आ गए ऐसा, अमित जी टेबल पर छाड़को नहीं भी आ गया ऐसा, इसे छड़ा ना भाई टेबल ऊपर नहीं पड़ा। ओ अच्छा, तो वो शीट ऐसी वो ना फट गई है, तो वो नहीं ना चाहिए, वो नहीं सोनी। अच्छा तो किन क्या भाई भाभी बच्चियों नु आज ने थारे एक मिनट बस, उन्होंने भी कहने हैं। हां जी, अपना पहले इधर सारे इंतजाम कर लिए। हां जी, उन्होंने ले जाने हैं, फिर जैसे जेड़ा नाला फेंक के उसी करते हैं। माशाल्लाह भी माशाल्लाह, जे मैं दे मैं फूल बड़े ले ओ ले आया। हां जी भाई, बस मैं भी मैं तो नहीं अपने पसंद ले आया, पैसे फेर भाई ने भरे आ, लेकिन पसंद मैं अपने ले आया। मैं कह नाल लेके ना अपने पसंद लूंगा, पैसे तो बस भाई पसंद तो नहीं है। हां जी भाई, मैं अपनी चीजा मारे ना दहा दा इना दी ना दूसरा अब्बू मेरे दी ए सोरे जाई दी पसंद जड़ी है ना जबरदस्त है। अरे कहने भाई बस पसंद हो गया। अच्छे भी केक भी आ गए टेबल पे, छुरी भी आ गई, छुरियाँ भी आ गया, लैटर भी आ गए, हम कटन लगे केक। एक सिर्फ सर चो हिबा बिटी नहीं है, क्या सारी पूरी फैमिली कंप्लीट हो गई है। हिबा बिटिया कह रही कि मैं ड्रामा सीरियल देखना है, तैयारी भी की थी लेकिन इतने नहीं आ रही आ गई। मैं दो दफ़ा लैन गया, उनका मैं नहीं आता चो आ गई, आ जाओ हिबा बिटिया आ जा। नहीं मैं तो प्यार ना कह के मैं धीरा नहीं आ जाए, तुम अपनी दादी में चली जाओ। हाँ अच्छा हिबा बेटा क्या कैसे लगे थोनो? हिबा ना कोई जली छड़ी जी इस तरह अच्छा।
अगले साल जरा शामिल ਇਸ ਤਰ੍ਹਾਂ ਸੋਹਣੇ ਕੱਟੀ ਦਾ ਇਹਦੇ ਬਰਾਬਰ ਕੱਟੀ ਦਾ ਇੱਥੋਂ ਪਰ ਇੱਥੋਂ ਇੱਦਾਂ
ਤੁਸੀਂ ਤੇ ਛੁਰੀ ਦਾ ਡਰ ਕੇ ਪੜੀ ਹੋਈ ਜਿੱਦਾਂ ਬੜੀ ਕੁਛ ਕਹਿਣਾ ਲੱਗੀ ਅੱਛਾ ਹੁਣ ਹੀ ਬਾਤ ਹੁਣ ਹਮ ਖਾਓ ਹਮਾਰਾ ਵੀ ਖਾਣਾ ਖਾਓ ਆਪਣਾ ਆਪਸ ਕੋਲ ਜੀ ਦੇ ਕਹਿੰਦਾ ਖਾਓ ਤੇ ਹੁਣ ਅੱਗੇ ਹਮ ਜੀ ਭਾਜੀ ਬਾਰੀ ਆ ਗਈ ਫਿਰ ਇਹ ਬੜਾ ਖਾਂਦੇ ਯਾਰ ਬੱਚੇ ਨੇ ਸ਼ੋਕ ਖਤਮ ਹੋ ਗਏ ਨਾ ਤੇ ਫਿਰ ਬੜੇ ਇਸੇ ਜਾਂਦੇ ਤੂੰ ਨਾ ਇਹ ਇਤੋਂ ਇਹ ਕੱਟ ਦੇ ਕੱਟ ਦੇ ਦੇ ਨਹੀਂ ਨਹੀਂ ਗਲਤ ਕੱਟ ਲੈਣਾ ਇਹ ਮੁਰੀ ਜਮਾ ਇਹ ਤੂੰ ਕਿਧਰ ਲਾਉਂਦਾ ਤੂੰ ਦੇਖੋ ਨਾ ਦੇਖੋ ਇਹ ਸਮਝ ਮੇਰੀ ਤੇ ਕੀ ਇਤੋਂ ਮੈਂ ਕਰੋ ਖਾਣਾ ਸਾਰਾ।